ਅੱਜ ਪੂਰੇ ਦੇਸ਼ ਭਰ ਦੇ ਵਿੱਚ ਦੁਸ਼ਹਿਰਾ ਮਨਾਇਆ ਜਾ ਰਿਹਾ ਹੈਗਾ ਔਰ ਦੁਸ਼ਹਿਰੀ ਦੇ ਤਿਹਾੜ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਉੱਪਰ ਕਈ-ਕਈ ਫੁੱਟ ਰਾਵਣ ਬਣਾਏ ਗਏ ਹੈਗੇ ਨੇ ਰਾਵਣ কুমਕਰ ਮੇਗਨਾਥ ਦੇ ਪੁਤਲੇ ਬਣਾਏ ਗਏ ਹੈਗੇ ਆ ਔਰ ਦੁਸ਼ਹਿਰਾ ਮਨਾਇਆ ਜਾਂਦਾ ਹੈਗਾ ਤਾਂ ਅੱਜ ਇੱਕ ਐਵੇਂ ਦੀ ਖਬਰ ਦਿਖਾਵਾਂਗੇ ਫਿਰੋਜ਼ਪੁਰ ਦੇ ਵਿੱਚ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਆਪਣੇ ਘਰਾਂ ਦੇ ਵਿੱਚ ਵੀ ਜਿਹੜਾ ਪੁਤਲੇ ਬਣਾਏ ਗਏ ਹੈਗੇ ਨੇ ਔਰ ਪੁਤਲੇ ਦੀ ਇਦਾਂ ਦੀ ਕਾਰੀਗਰੀ ਹੈਗੀ ਆ ਦੇਖ ਕੇ ਐਂ ਲੱਗਦਾ ਹੈਗਾ ਕਿ ਬੱਚਿਆਂ ਦੇ ਹੱਥ ਦੇ ਵਿੱਚ ਗੁਣ ਹੈਗਾ ਕਾਰੀਗਰੀ ਦਾ ਔਰ ਤੁਸੀਂ ਦੇਖ ਸਕਦੇ ਹੋ ਕਿ ਜੁੱਤੀ ਤੋਂ ਲੈ ਕੇ ਔਰ ਮੁਕੜ ਤੱਕ ਕਿੰਨੀ ਸੋਹਣੀ ਜਿਹੜੀ ਹੈ ਕਾਰੀਗਰੀ ਕੀਤੀ ਹੋਈ ਹੈ ਔਰ ਇਹ ਛੋਟੇ ਬੱਚਿਆਂ ਨੇ ਬਣਾਇਆ ਗਿਆ ਹੈਗਾ ਔਰ ਫਿਰੋਜ਼ਪੁਰ ਦੇ ਵਿੱਚ ਹੈਗੇ ਆ ਖਾਈ ਵਾਲਾ ਅੱਡੇ ਦੇ ਰਹਿਣ ਵਾਲੇ ਇਹ ਬੱਚੇ ਹੈਗੇ ਨੇ ਔਰ ਕਲਾਸ ਦੇ ਵਿੱਚ ਪੜਦੇ ਵੀ ਹੈ জানਾਂਗੇ ਨਾ ਬੱਚਿਆਂ ਦੇ ਕੋਲੋਂ ਕਿਹੜੀ ਕਲਾਸ ਦੇ ਵਿੱਚ ਪੜਦੇ ਹੈਗੇ ਔਰ ਕਿਦਾਂ ਸ਼ੌਂਕ ਪਿਆ ਬੇਟਾ ਕੀ ਨਾਮ ਹੈ ਤੁਹਾਡਾ ਯਸ਼ ਯਸ਼ ਕਿਹੜੀ ਕਲਾਸ ਚ ਪੜਦੇ ਹੋ 5th 5th ਦੇ ਵਿੱਚ ਤਾਂ ਇਹ ਕਦੋਂ ਪੁੱਤਲਾ ਤੁਸੀਂ ਬਣਾਉਣਾ ਸ਼ੁਰੂ ਕੀਤਾ ਸੀ ਇਹ ਵਾਲਾ ਇਹ ਹਫਤੇ ਹਫਤਾ ਹੋ ਗਿਆ ਹਫਤਾ ਹੋ ਗਿਆ ਕਿਦਾਂ ਕਿਦਾਂ ਬਣਾਉਣਾ ਸ਼ੁਰੂ ਕੀਤਾ ਇਹ ਗੱਤੇ ਤੇ ਕਾਗਜ਼ ਦਾ ਗੱਤੇ ਤੇ ਕਾਗਜ਼ ਕਿ ਬਜ਼ਾਰੋਂ ਲੈ ਕੇ ਆਏ ਹਾਂਜੀ ਹਾਂ ਤਾਂ ਘਰ ਦੇ ਕੋਲ ਪੈਸੇ ਲਿੱਤੇ ਨਹੀਂ ਖੁਦ ਦੇ ਪੈਸੇ ਨਾਲ ਅੱਛਾ ਖੁਦ ਦੇ ਪੈਸੇ ਨਾਲ ਹੀ ਪੈਸੇ ਜੋੜੇ ਸੀਗੇ ਹਾਂਜੀ ਅੱਛਾ ਜੋੜੇ ਸੀਗੇ ਤਾਂ ਫਿਰ ਬਾਜ਼ਾਰੋਂ ਤੁਸੀਂ ਲੈ ਕੇ ਆਏ ਇਹ ਫਿਰ ਇਹ ਕਿੰਨੇ ਬਣਾਇਆ ਕਿੰਨੇ ਹੈ ਮਤਲਬ ਐਡੀ ਸੋਹਣੀ ਕਾਰੀਗਰੀ ਕੀਤੀ ਹੈ ਆਪ ਹੀ ਬਣਾਇਆ ਹਾਂਜੀ ਕੱਟ-ਕੱਟ ਕੇ ਹਾਂਜੀ ਕੱਟ ਕੇ ਤਾਂ ਬੜੀ ਮਿਹਨਤ ਲੱਗੀ ਹੋਊਗੀ ਇਹ ਹਾਂਜੀ ਅੱਛਾ ਤੇ ਕਿਵੇਂ ਸ਼ੌਂਕ ਕਿਵੇਂ ਆਇਆ ਇਸ ਚੀਜ਼ ਦਾ ਬਚਪਨ ਤੋਂ ਸ਼ੌਂਕ ਸੀ ਮੈਂ ਤੇ ਮੇਰਾ ਭਰਾ ਮਿਲ ਕੇ ਬਣਾਉਂਦੇ ਸੀ ਹੂੰ ਚਾਰ-ਪੰਜ ਸਾਲ ਹੋ ਗਏ ਬਣਾਉਂਦੇ ਨੂੰ ਹੁਣ ਅੱਜ ਇਸ ਵਾਰ ਜੀ ਕਰਾ ਸ਼ਾਮ ਨੂੰ ਸਾਲਾਂਗੇ ਅੱਛਾ ਸ਼ਾਮ ਨੂੰ ਸੁਣਾਂਗੇ ਮਤਲਬ 4-5 ਸਾਲ ਹੋ ਗਏ ਬਣਾਉਂਦੇ ਹੋਏ ਹਾਂਜੀ 4-5 ਸਾਲ ਹੋ ਗਏ ਤਾਂ ਗਲੀ ਦੇ ਫਿਰ ਸਾਰੇ ਬੱਚੇ ਇਕੱਠੇ ਹੋ ਜਾਂਦੇ ਆ ਹਾਂਜੀ ਸਾਰੇ ਬੱਚੇ ਇਕੱਠੇ ਹੋ ਗਏ ਸ਼ਾਮ ਨੂੰ ਸਾੜਾਂਗੇ ਫਿਰ ਮਿਲ ਕੇ ਅੱਛਾ ਸ਼ਾਮ ਨੂੰ ਸਾੜ ਅੱਛਾ ਇਹਨਾਂ ਨੂੰ ਮਤਲਬ ਸਾੜਦੇ ਕਿਉਂ ਆ ਕੀ ਕਾਰਨ ਕੀ ਹੁੰਦਾ ਬੁਰਾਈ ਤੇ ਅਛਾਈ ਦੀ ਜੇਤੋ ਇਸੇ ਇਸ ਕਰਕੇ ਇਹਨੂੰ ਆਪਾਂ ਸਾੜਦੇ ਆ ਆ ਬਿਲਕੁਲ ਦੇਖੋ ਛੋਟੇ ਬੱਚਿਆਂ ਦੇ ਵੱਲੋਂ ਵੀ ਇਹ ਕਿਹਾ ਗਿਆ ਹੈਗਾ ਕਿ ਬੁਰਾਈ ਤੇ ਅਛਾਈ ਦੀ ਜਿੱਤ ਹੋਈ ਸੀ ਤਾਂ ਇਸੇ ਕਰਕੇ ਦੁਸ਼ਹਿਰਾ ਮਨਾਇਆ ਜਾਂਦਾ ਹੈਗਾ ਤਾਂ ਛੋਟੇ-ਛੋਟੇ ਬੱਚਿਆਂ ਦੇ ਵੱਲੋਂ ਐਡੇ ਸੋਹਣੇ ਜਿਹੜੇ ਆ ਪੁਤਲੇ ਜਿਹੜੇ ਆ ਉਹ ਬਣਾਏ ਗਏ ਹੈਗੇ ਆ ਥਾਂ-ਥਾਂ ਦੇ ਉੱਪਰ ਬਣਾਏ ਜਾਂਦੇ ਹੈਗੇ ਨੇ ਪਰ ਏ ਦੇਖੋ ਕਿ ਕਾਰੀਗਰਨੀ ਕਿੰਨੀ ਸੋਹਣੀ ਬੱਚਿਆਂ ਦੇ ਵੱਲੋਂ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਤਲੇ ਨੂੰ ਬਣਾਇਆ ਕਿੰਨਾ ਸੋਹਣਾ ਗਿਆ ਹੈਗਾ ਸ਼ਾਮ ਨੂੰ ਜਿਹੜਾ ਇਹ ਪੁਤਲਾ ਦਹਨ ਕੀਤਾ ਜਾਊਗਾ ਬੱਚਿਆਂ ਦੇ ਵੱਲੋਂ ਔਰ ਇਹ ਪੁਤਲਾ ਦਹਨ ਕਰਨ ਦਾ ਮਤਲਬ ਇਹ ਹੈ ਕਿ ਬੁਰਾਈ ਦੇ ਉੱਪਰ ਅਚਾਈ ਦੀ ਜਿੱਤ ਹੋਈ ਸੀ ਸਾਡੇ ਨਾਲ ਇੱਕ ਹੋਰ ਛੋਟਾ ਬੱਚਾ ਮੌਜੂਦ ਹੈ ਕੀ ਨਾਮ ਹੈ ਤੁਹਾਡਾ ਅੰਜੂ ਕਿਹੜੀ ਕਲਾਸ ਚ ਪੜਦੇ ਹੋ 3rd 3rd ਦੇ ਵਿੱਚ ਤਾਂ ਤੁਸੀਂ ਵੀ ਰਾਵਣ ਬਣਾਇਆ ਹੈਗਾ ਹਾਂਜੀ ਛੋਟਾ ਜਿਹਾ ਬਣਾਇਆ ਸੀਗਾ ਤਾਂ ਮਨ ਦੇ ਵਿੱਚ ਕਿਵੇਂ ਆਇਆ ਮੰਨ ਮ ਇਹਦੇ ਬੇਟਾ ਇਸ ਮੇਰੇ ਮਾਨੇ ਵਿੱਚ ਆ ਕੇ ਰਾਣ ਬਣਾਏ ਗੱਤੇ ਨਾਲ ਬਣਾਇਆ ਪਰ ਇਹ ਇਸਰਾ ਅੱਛਾ ਗੱਤੇ ਰਮ ਬਣਾਇਆ ਦਿਖਾਓਗੇ ਸਾਨੂੰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਕਿੰਨਾ ਛੋਟਾ ਤੁਸੀਂ ਇਹਨਾਂ ਨੇ ਪੁੱਤਲਾ ਜਿਹੜਾ ਉਹ ਬਣਾਇਆ ਹੈਗਾ ਔਰ ਇਹ ਭਰਾ ਨੇ ਦੋਵੇਂ ਇੱਕ ਨੇ ਵੱਡਾ ਬਣਾਇਆ ਹੈਗਾ ਔਰ ਇੱਕ ਨੇ ਬਿਲਕੁਲ ਛੋਟਾ ਬਣਾਇਆ ਹੈਗਾ ਔਰ ਕਾਰੀਗਰੀ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਬੱਚਿਆਂ ਦੇ ਹੱਥਾਂ ਦੇ ਵਿੱਚ ਕਾਰੀਗਰੀ ਕਿੰਨੀ ਸੋਹਣੀ ਹੈਗੀ ਹੈ ਜਿੱਥੇ ਅੱਜ ਕੱਲ ਹੱਥਾਂ ਦੀ ਕਾਰੀਗਰੀ ਭੁੱਲਦੇ ਜਾ ਰਹੇ ਹੈਗੇ ਆ ਲੋਕ ਪਰ ਅੱਜ ਵੀ ਇਹ ਬੱਚੇ ਜਿਹੜਾ ਹੱਥਾਂ ਦੇ ਨਾਲ ਆਪਣੇ ਉਹ ਜਿਹੜੇ ਪਰਿਵਾਰ ਹੈਗੇ ਨੇ ਔਰ ਕਾਰੀਗਰੀ ਬਹੁਤ ਸੋਹਣੀ ਜੜੀ ਆ ਉਹ ਕਰਦੇ ਹੈਗੇ ਆ ਔਰ ਫਿਰੋਜ਼ਪੁਰ ਦੇ ਵਿੱਚ ਇਹ ਪਰਿਵਾਰ ਹੈਗਾ ਦੋਵੇਂ ਛੋਟੇ ਬੱਚੇ ਹੈ ਔਰ ਪੜਦੇ ਵੀ ਹੈਗੇ ਆ ਔਰ ਸ਼ੌਂਕ ਹੈਗਾ ਔਰ ਸ਼ਾਮ ਨੂੰ ਜਿਹੜਾ ਇਹ ਪੁੱਤਲੇ ਦਹਨ ਕੀਤੇ ਜਾਣਗੇ ਔਰ ਬੱਚਿਆਂ ਨੇ ਦੱਸਿਆ ਹੈਗਾ ਕਿ ਬੁਰਾਈ ਤੇ ਅਚਾਈ ਦੀ ਜਿੱਤ ਨੂੰ ਲੈ ਕੇ ਜਿਹੜਾ ਅਸੀਂ ਪੁਤਲੇ ਸਾੜਦੇ ਹੈਗੇ ਆ ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ ਲਿਵਿੰਗ ਇੰਡੀਆ ਨਿਊਜ਼ ਪੰਜਾਬ ਫਿਰੋਜ਼ਪੁਰ